तुसी देख रहे हो सहज न्यूज चैनल। नमियां ते ताजा खबरां ले सब्सक्राइब करो, लाइव कवरेज ले संपर्क करो। हलका फलौर दे विधायक बलदेव सिंह खैरा वल्लों ग्रायां दे वार्ड नंबर 11 अते 12 दे विच लोड़वंद परिवारां नूं राशन वंडिया गया। इस मौके बोलदिआं विधायक बलदेव सिंह खैरा ने कहा कि कोरोना महामारी दे चलदिआं होए इस लॉकडाउन दौरान गुरु घरां विदेशां च वसदे NRI वीरां अते समाज सेवी संस्था ने लोड़वंद लोकां दी बांह फड़ी है, पर पंजाब दी कांग्रेस सरकार इस काम विच फेल हुई है। इस मौके सुरिंदर कटौड़ा, संजीव हीर, MC हरमेश लाल, सुदेश कुमार बिल्ला, गुरमीत सिंह बाबा, प्रोफेसर कुलकर्ण सिंह, बाल कृष्ण बाला, हरमिंदर पाल सिंह, सोनू केवल सिंह, हरप्रीत बजाज तो अलावा श्रोमणी अकाली दल दे आगू अते वर्कर मौजूद सन। नामक महामारी जिहड़ी ओह फैली हुई आपां सारां नूं पता, लखां लोग दुनिया तो चले गए ते लखां अज भी जिहड़े होस्पिटलां दे विच ओह मौत दे नाल अपनी लड़ाई लड़ रहे, ते उहदे वास्ते डॉक्टर, नर्सिस, सफाई कर्मचारी, मीडिया कर्मचारी सारयां दे सहयोग दे नाल बड़े वड्डे पद्धर दे उत्ते उस महामारी नूं हराउण दे लई जिहड़े संघर्ष कीते जा रहे ते उहदे लई जिहड़ा है ओह उपराले कीते जा रहे, पर उहदे नाल नाल सरकारां वल्लों लॉकडाउन किया गया, करफ्यू लगाया गया, वो बेशक अपने भले दे लई सी, पर करफ्यू और लॉकडाउन दे नाल नाल जिहड़ियां बहुत सारियां रोज़ाना जिंदगी जीउण लई वस्तां दी लोड़ पैंदी है ते उह तों बिना जिहड़ा आपां जी नहीं सकदे, इहदे करके परिवारां नूं घरां दे विच रहिणा पिया, दिहाड़ीदार दी दिहाड़ी नहीं लगी, दुकानदार दी दुकान नहीं खुल रही, इंडस्ट्रियां बंद आ, बड़ी मुश्किल जिहड़ी है उह तों बाद आई। उहदे लई जिथे जिदा कहिंदे ने बई गुरु की गोलक ते गरीब का मूँह, इदां हुंदा वी सरकार का खजाना जिहड़ा उह गरीबां वास्ते, पर देखण नूं इह मिलदा वी तकरीबन अज 52 दिन तों उपर दा समां हो गया, पर जिहड़े काम सरकारां नूं करने चाहीदे सी उह किते ना किते जिहड़े गुरु घर NRIs जां जिहड़ियां NGOs ने ਉਹ ਕਰ ਰਹੀ ਹੈ, ਅਤੇ ਉਹ ਜੇਕਰ ਨਾ ਸਾਹਮਣੇ ਆਉਂਦੇ ਤਾਂ ਲੋਕਡਾਊਨ ਤੋਂ ਬਾਅਦ ਘਰਾਂ 'ਚ ਰਹਿਣ ਤੋਂ ਬਾਅਦ ਜਿਹੜੇ ਉਹ ਪਰਿਵਾਰਾਂ ਦੀ ਜਿਹੜੀ ਲੋੜ ਹੈ ਉਹ ਪੂਰੀ ਨਹੀਂ ਸੀ ਹੋਣੀ। ਅਸੀਂ ਅੱਜ ਇੱਥੇ ਤਕਰੀਬਨ ਗੁਰਾਇਆ ਜਾਂ ਨਿਰੰਤਰ ਉਦੋਂ ਤੋਂ ਲੱਗੇ ਹੋਏ, ਪਰ ਉਹਦੇ ਵਿੱਚ ਮੈਂ ਖਾਸ ਤੌਰ 'ਤੇ ਅੱਜ ਧੰਨਵਾਦ ਕਰਦਾ NRIs ਦਾ, ਗੁਰੂ ਘਰਾਂ ਦਾ, ਮਨੁੱਖਤਾ ਦੇ ਸੇਵਾਦਾਰਾਂ ਦਾ ਅਤੇ NGOs ਦਾ, ਜਿਨ੍ਹਾਂ ਨੇ ਵੱਧ ਚੜ੍ਹ ਕੇ ਜਿਹੜਾ ਹੈਗਾ ਉਹ ਆਪਣਾ ਦਸਬੰਧ ਕੱਢ ਕੇ ਪਰਿਵਾਰਾਂ ਦੀ ਜਿਹੜੀ ਆ ਉਹ ਸੇਵਾ ਕੀਤੀ ਔਰ ਕਰ ਵੀ ਰਹੇ ਨੇ। ਨਾਲ ਦੀ ਨਾਲ ਗੁਰੂ ਮਹਾਰਾਜ ਦੇ ਚਰਨਾਂ 'ਚ ਇਹੀ ਅਰਦਾਸ ਕਰਦੇ ਹਾਂ ਕਿ ਸਤਿਗੁਰ ਜਲਦੀ ਤੋਂ ਜਲਦੀ ਕਿਰਪਾ ਕਰਨ, ਦੁਬਾਰਾ ਫਿਰ ਪਹਿਲਾਂ ਵਾਂਗ ਜਿਹੜੀ ਜ਼ਿੰਦਗੀ ਉਹ ਪਟੜੀ ਦੇ ਉੱਤੇ ਆਵੇ, ਅਤੇ ਸਰਕਾਰ ਨੂੰ ਵੀ ਬੇਨਤੀ ਆ ਵੀ ਇਹ ਸਾਂਝੇ ਯਤਨਾਂ ਦੇ ਨਾਲ ਹੀ ਸਾਰਾ ਕੁਛ ਹੋਣਾ ਹੈ, ਇਕੱਲਿਆਂ ਕੁਛ ਨਹੀਂ ਹੋ ਸਕਦਾ, ਸਾਰਿਆਂ ਨੂੰ ਨਾਲ ਲੈ ਕੇ ਚੱਲੋ, ਸਾਰਿਆਂ ਨੂੰ ਜਿੱਥੇ ਬਣਦੀ ਸਹੂਲਤ ਹੈ, ਡਾਕਟਰਸ ਹੈ, ਨਰਸਿਸ ਹੈ, ਉਹਨਾਂ ਨੂੰ ਜੋ ਜੋ ਵੀ ਉਹਨਾਂ ਦੀਆਂ ਜ਼ਰੂਰਤ ਵਾਲੀਆਂ ਵਸਤਾਂ ਉਹਨਾਂ ਨੂੰ ਮੁਹੱਈਆ ਕਰਵਾਓ, ਅਤੇ ਇਹਦੇ ਵਿੱਚ ਲਾਪਰਵਾਹੀ ਬਿਲਕੁਲ ਵੀ ਨਾ ਵਰਤੀ ਜਾਵੇ, ਤਾਂ ਹੀ ਜਿਹੜਾ ਸਾਂਝੇ ਯਤਨਾਂ ਦੇ ਨਾਲ ਇਸ ਮਹਾਂਮਾਰੀ ਦੇ ਵਿੱਚੋਂ ਆਪਾਂ ਬਾਹਰ ਆ ਸਕਾਂਗੇ। ਬਾਕੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਤਕੜੇ ਹੋ ਕੇ ਇਸ ਕੰਮ ਦੇ ਲਈ ਲੱਗੇ ਹੋਏ ਨੇ, ਖਾਸ ਕਰਕੇ ਪੰਜਾਬ, ਕਿਉਂਕਿ ਗੁਰੂਆਂ ਪੀਰਾਂ ਪੈਗੰਬਰਾਂ ਦੀ ਧਰਤੀ ਹੈ, ਉੱਥੇ ਜਿਹੜਾ ਹੈਗਾ ਦੋ ਗੱਲਾਂ ਤਾਂ ਪੱਕੀਆਂ, ਵੀ ਇੱਕ ਤਾਂ ਦਵਾਈ ਦੁੱਖੋਂ ਅਤੇ ਜਿਹੜਾ ਹੈ ਦੂਜਾ ਖਾਣ ਦੁੱਖੋਂ, ਕੋਈ ਵੀ ਜਿਹੜਾ ਭੁੱਖਾ ਨਾ ਰਹੇ ਅਤੇ ਇਲਾਜ ਤੋਂ ਵਾਂਝਾ ਨਾ ਰਹੇ, ਇਹੀ ਮੇਰੀ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਹੈ। ਔਰ ਲਾਸਟ ਦੇ ਵਿੱਚ ਇਹੀ ਕਹਿਣਾ ਚਾਹੁੰਦਾ ਵੀ ਤਕੜੇ ਹੋ ਕੇ, ਇਕੱਠੇ ਹੋ ਕੇ ਆਪਾਂ ਜਿਹੜਾ ਇਸ ਸੰਘਰਸ਼ ਦੇ ਖਿਲਾਫ ਜਿਹੜਾ ਹੈਗਾ ਸਾਰੇ ਜਣੇ ਆਪਾਂ ਆਪਣਾ ਜਿਹੜਾ ਹੈਗਾ ਯੋਗਦਾਨ ਪਾਈਏ। ਬਹੁਤ ਬਹੁਤ ਧੰਨਵਾਦ। ਅੱਜ ਗੁਰਾਇਆ ਵਿਖੇ ਵਾਰਡ ਨੰਬਰ 11 ਦੇ ਜੋ ਕਿ ਸਾਡੇ ਅਮਰੀਕ ਸਿੰਘ ਢਿੱਲੋਂ ਨੇ ਇਲੈਕਸ਼ਨ ਲੜੀ ਸੀ, ਅਤੇ ਬਾਹਰ ਸੀਗੇ ਸਾਡੇ MLA ਸਾਹਿਬ, ਆਪਣੀ ਨੇਕ ਕਮਾਈ 'ਚੋਂ ਕਰੋਨਾ ਦੇ ਕਰੋਪ ਦੇ ਕਰ ਜੋ ਵੀ ਲੋੜਵੰਦ ਪਰਿਵਾਰ ਸੀ ਉਹਨਾਂ ਨੂੰ ਰਾਸ਼ਨ ਦੇਣ ਲਈ ਆਏ। ਪਹਿਲਾਂ ਤਾਂ ਮੈਂ ਬਹੁਤ ਹੀ ਧੰਨਵਾਦੀ ਹਾਂ ਆਪਣੇ ਹਲਕੇ ਦੇ MLA ਸਰਦਾਰ ਬਲਦੇਵ ਸਿੰਘ ਖਹਿਰਾ ਜੀ ਦਾ, ਜਿਨ੍ਹਾਂ ਨੇ ਕਿ ਪਿੰਡ ਪਿੰਡ ਜਾ ਕੇ ਜਿੱਦਣ ਦਾ ਵੀ ਇਹ ਲੋਕਡਾਊਨ ਹੋਇਆ, ਲੋੜਵੰਦ ਪਰਿਵਾਰਾਂ ਦੀ ਬਾਂਹ ਫੜੀ, ਜੋ ਕਿ ਸਰਕਾਰਾਂ ਨੂੰ ਫੜਨੀ ਚਾਹੀਦੀ ਸੀ। ਇੱਕ MLA ਹੁੰਦੇ ਹੋਏ ਉਹਨਾਂ ਨੇ ਐਡਾ ਵੱਡਾ ਉਪਰਾਲਾ ਕੀਤਾ ਕਿ ਹਰੇਕ ਪਿੰਡ, ਹਰੇਕ ਸ਼ਹਿਰ 'ਚ ਕਿਸੇ ਵੀ ਪਰਿਵਾਰ ਨੂੰ ਨਿਰਾਸ਼ ਨਹੀਂ ਹੋਣ ਦਿੱਤਾ, ਔਰ ਇੱਥੋਂ ਤੀਕਰ ਆਪਣੇ ਵਰਕਰਾਂ ਨੂੰ ਕਿਹਾ ਕਿ ਜੇਕਰ ਕਿਸੇ ਨੂੰ ਵੀ ਮੇਰੀ ਲੋੜ ਹੈ, ਭਾਵੇਂ ਰਾਤ ਦੇ 12 ਵਜੇ ਵੀ ਲੋੜ ਹੈ, ਮੈਨੂੰ ਸੱਦੋ।
मैं राशन भी प्रोवाइड करके जाऊँगा और खर्चा भी दे के जाऊँगा, खर्चे तिकर दिता। और जितों तिकर जे असी हुण सरकार दी लै लईए तां सरकार ने 3 महीनों चा 10 किलो आटा ते 2 किलो दाल दे के ही सार दिता। बड़ी शर्म की गल है, जेकर MLA और सरकार होनी चाहिए तो साढ़े MLA की सोच अर्गिया होनिया चाहिए, जो कि सारा एक अख नाल देखते हुए हरेक पिंड और अपने इलाके सामभते हुए बड़े ही वधिया तरीके दे नाल राशन प्रोवाइड किया। और असी आस करते हाँ कि अगे तो भी इस तरह ही ये साढ़े MLA साहब हल्के की बाँह फटते रहेंगे। और वाहेगुरू अगे अरदास करते हाँ, अकाल पुरख अगे अरदास करते हाँ कि एहो जे MLA हरेक हल्के मिलन, ताकि उसनू दुख की घड़ी में दुख महसूस ना हो। सारयां नू सत श्री अकाल, जय गुरदेव, धन गुरदेव जी।